ਪੰਜਾਬ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਲਈ ਫਰੀਦਕੋਟ ਪੋਲ ਖੋਲ ਰੈਲੀ ਤੇ ਰੋਕ ਲਗਾ ਕੇ ਅਕਾਲੀ ਦਲ ਦੇ ਹੱਥ ਬੈਠੇ ਬਿਠਾਏ ਇੱਕ ਮੁੱਦਾ ਦੇ ਦਿੱਤਾ। ਹਾਈਕੋਰਟ ਵਿੱਚੋਂ ਇਸ ਰੈਲੀ ਨੂੰ ਕੀਤੇ ਜਾਣ ਦੀ ਇਜਾਜ਼ਤ ਲੈ ਕੇ ਆਉਣ ਤੋਂ ਬਾਅਦ ਅਕਾਲੀ ਹੁਣ ਦੁੱਗਣੇ ਜੋਸ਼ ਵਿੱਚ ਵਿਖਾਈ ਦੇ ਰਹੇ ਨੇ। ਕਾਂਗਰਸ ਨੇ ਭਾਵੇਂ ਕਿ ਰੋਕ ਸੁਰੱਖਿਆ ਦਾ ਹਵਾਲਾ ਦੇ ਕੇ ਲਾਈ ਸੀ, ਪਰ ਜਿਸ ਤਰ੍ਹਾਂ ਹਾਈਕੋਰਟ ਵਿੱਚ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਵਕੀਲ ਖੁਫੀਆ ਏਜੰਸੀਆਂ ਦੀ ਅਜਿਹੀ ਕੋਈ ਸੂਚਨਾ ਅਦਾਲਤ ਵਿੱਚ ਰੱਖਣ ਵਿੱਚ ਨਾਕਾਮ ਰਹੇ ਨੇ, ਉਸ ਨੂੰ ਵੇਖਦਿਆਂ ਇਹ ਰੋਕ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਲਾਈ ਗਈ ਜਾਪਦੀ ਹੈ। ਹੁਣ ਜਿਹੜੇ ਅਕਾਲੀ ਬੇਅਦਬੀ ਮਾਮਲਿਆਂ ਨੂੰ ਲੈ ਕੇ ਪੰਜਾਬ ਭਰ ਦੇ ਲੋਕਾਂ ਦਾ ਵਿਰੋਧ ਚੱਲਦਿਆਂ ਜਗ੍ਹਾ ਜਗ੍ਹਾ ਆਪਣਾ ਬਚਾਅ ਕਰਦੇ ਦਿਖਾਈ ਦੇ ਰਹੇ ਸਨ, ਉਹ ਹੁਣ ਇਹ ਤਰਕ ਦੇ ਕੇ ਸਾਹਮਣੇ ਆ ਰਹੇ ਨੇ ਕਿ ਉਹਨਾਂ ਉੱਤੇ ਪਹਿਲਾਂ ਵੀ ਗਲਤ ਇਲਜ਼ਾਮ ਲਾਏ ਸਨ ਤੇ ਹੁਣ ਇਸ ਰੈਲੀ ਨੂੰ ਰੋਕਣ ਲਈ ਵੀ ਬਹਾਨੇਬਾਜ਼ੀਆਂ ਕੀਤੀਆਂ ਗਈਆਂ ਸਨ। ਜਾਣਕਾਰਾਂ ਦਾ ਮੰਨਣਾ ਹੈ ਕਿ ਜਾਂ ਤਾਂ ਅਮਰਿੰਦਰ ਸਰਕਾਰ ਇੱਥੇ ਵੱਡੀ ਗਲਤੀ ਕਰ ਗਈ ਹੈ ਤੇ ਜਾਂ ਫਿਰ ਇਹ ਸਭ ਜਾਣ ਬੁੱਝ ਕੇ ਕੀਤਾ ਗਿਆ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇੱਕ ਪਾਸੇ ਉਹਨਾਂ ਪੁਲਿਸ ਵਾਲਿਆਂ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਆਪਣਾ ਸਹੀ ਪੱਖ ਰੱਖਣ ਵਿੱਚ ਨਾਕਾਮ ਰਹੀ, ਜਿਨ੍ਹਾਂ ਨੇ ਆਪਣੇ ਤਰਕਾਂ ਨਾਲ ਹਾਈਕੋਰਟ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਕਾਰਵਾਈ ਲਈ ਰੋਕ ਲਗਾ ਲਈ ਸੀ। ਤੇ ਦੂਜੇ ਪਾਸੇ ਸੌਦਾ ਸਾਧ ਦੇ ਸਮਰਥਕ ਵੀ ਸਰਕਾਰ ਦੀਆਂ ਅਦਾਲਤੀ ਊਣਤਾਈਆਂ ਕਾਰਨ ਜ਼ਮਾਨਤ ਲੈਣ ਵਿੱਚ ਕਾਮਯਾਬ ਰਹੇ ਨੇ। ਜਿਸ ਤਰ੍ਹਾਂ ਥੋੜੇ ਹੀ ਦਿਨਾਂ ਵਿੱਚ ਇੱਕ ਤੋਂ ਬਾਅਦ ਇੱਕ ਅਦਾਲਤੀ ਕਾਰਵਾਈਆਂ ਵਿੱਚ ਸਰਕਾਰ ਪਛੜਦੀ ਜਾ ਰਹੀ ਹੈ, ਉਸ ਨੂੰ ਦੇਖਦਿਆਂ ਮਾਹਿਰ ਲੋਕ ਇਸ ਨੂੰ ਇਤਫਾਕ ਮੰਨਣ ਤੋਂ ਇਨਕਾਰ ਕਰ ਰਹੇ ਨੇ। ਹੁਣ ਇਸ ਦੇ ਪਿੱਛੇ ਦਾ ਸੱਚ ਕੀ ਹੈ? ਸਰਕਾਰ ਦੀ ਅਜਿਹੀ ਕੀ ਮਜਬੂਰੀ ਹੈ? ਮਜਬੂਰੀ ਹੈ ਵੀ ਜਾਂ ਕੁਝ ਹੋਰ? ਭਾਵੇਂ ਕਿ ਅਜੇ ਸਾਫ਼ ਨਹੀਂ ਹੋ ਪਾਇਆ, ਪਰ ਜਿਸ ਤੇਜ਼ੀ ਨਾਲ ਘਟਨਾਵਾਂ ਅਕਾਲੀ ਦਲ ਦੇ ਪੱਖ ਵਿੱਚ ਘਟ ਰਹੀਆਂ ਨੇ, ਉਸ ਨੂੰ ਵੇਖਦਿਆਂ ਮੁਰਝਾਏ ਹੋਏ ਅਕਾਲੀਆਂ ਨੂੰ ਫੁੱਲ ਕੇ ਕੁੱਪਾ ਹੋਣ ਦਾ ਮੌਕਾ ਜ਼ਰੂਰ ਦੇ ਦਿੱਤਾ ਹੈ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ। पंडित राकेश कुमार जी 8529547283 सभी समस्याओं का समाधान मात्र 2 घंटों में घर बैठे करवाएं। 7 बार गोल्ड मेडलिस्ट, स्पेशलिस्ट विदेश यात्रा, PR, लॉटरी नंबर, वशीकरण, जादू टोना, किया कराया, शादी के लिए माता पिता को मनाना, काम कारोबार, सौतन दुश्मन से छुटकारा, कर्जा मुक्ति, गुप्त खजाना, सभी समस्याओं का समाधान तुरंत करवाएं। पंडित राकेश कुमार जी 8529547283।